ਕਹਾਂ ਭਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇ ਰੋ ਜਨ ਤੁਝੇ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇ ਹੋ ਰਮਈਆ ਤਨ ਇਹ ਕਾਲਪੁਰਖ ਬਹਿਗਰੂ ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਮੇਰਾ ਸਰੀਰ ਭਾਵੇਂ ਟੁਕੜੇ ਟੁਕੜੇ ਹੋ ਜਬੇ ਮੇਰਾ ਸਰੀਰ ਭਾਵੇਂ ਖਤਮ ਵੀ ਕਿਉਂ ਨਾ ਹੋ ਜਾਵੇ ਮੈਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਕਹਾਂ ਪਇਓ ਜੋ ਤਨ ਭਇਓ ਛਿਨ ਛਿਨ ਕੋਈ ਮੇਰਾ ਕਤਲ ਵੀ ਕਰ ਦੇਵੇ ਮੈਨੂੰ ਮਾਰ ਵੀ ਕਿਉਂ ਨਾ ਦੇਵੇ ਮੇਰੇ ਸਰੀਰ ਨੂੰ ਖਤਮ ਵੀ ਕਿਉਂ ਨਾ ਕਰ ਦੇਵੇ ਮੈਨੂੰ ਇਸ ਗੱਲ ਦੀ ਤਾਂ ਉੱਕਾ ਹੀ ਪਰਵਾਹ ਨਹੀਂ ਇਹਨੂੰ ਪਤਾ ਵੀ ਇਹਦੇ ਵਿੱਚ ਮੈਨੂੰ ਬੜੇ ਖਤਰੇ ਨੇ ਮੇਰਾ ਵਿਰੋਧ ਹੋਊਗਾ ਇਹ ਜੋ ਲੋਕ ਹਨ ਜੋ ਧਰਮ ਦੇ ਠੇਕੇਦਾਰ ਹਨ ਕਿਉਂਕਿ ਇਹਨਾਂ ਦੇ ਵਿਰੋਧ ਵਿੱਚ ਹੈ ਇਹ ਜੋ ਤੇਰੀ ਵਿਚਾਰਧਾਰਾ ਹੈ ਇਹ ਜੋ ਪੁਜਾਰੀ ਲੋਕ ਨੇ ਇਹਨਾਂ ਦੇ ਵਿਰੋਧ ਵਿੱਚ ਹੈ ਇਸ ਕਰਕੇ ਇਹ ਮੈਨੂੰ ਖਤਮ ਵੀ ਕਰਾ ਸਕਦੇ ਨੇ ਛਿੰਨ ਛਿੰਨ ਵੀ ਕਰਾ ਸਕਦੇ ਨੇ ਮੇਰੇ ਸਰੀਰ ਦੇ ਟੁਕੜੇ ਵੀ ਕਰਵਾ ਸਕਦੇ ਨੇ ਇਹ ਚਰਨ ਜੀ ਪੈਰ ਹੁੰਦੇ ਨੇ ਉਹ ਇੱਥੋਂ ਤੱਕ ਆਪਣੇ ਪੈਰਾਂ ਦੀ ਚਰਨ ਘਾਲ ਵੀ ਪਵਾਉਂਦੇ ਲੋਕਾਂ ਨੂੰ ਪਾਣੀ ਤੋਂ ਆ ਕੇ ਆਪਣੇ ਪੈਰ ਉਹ ਲੋਕ ਧੋਂਦੇ ਨੇ ਉਹਦੇ ਪੈਰਾਂ ਨੂੰ ਉਹ ਤੋਤਾ ਹੋਇਆ ਜਿਹੜਾ ਪਾਣੀ ਉਹ ਪੀਂਦੇ ਨੇ ਇਸ ਤਰ੍ਹਾਂ ਵੀ ਕਰਵਾਉਂਦੇ ਨੇ ਦੇਖੋ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਨੇ ਵੀ ਰੱਬ ਨੂੰ ਮਿਲਣ ਦਾ ਬਾਰ-ਬਾਰ ਹੋ ਜਨ ਪ੍ਰੇਮ ਕੀ ਉਹ ਤਨ ਹੀ ਪ੍ਰਭ ਪਾਇਓ ਪ੍ਰੇਮ ਦੀ ਗੱਲ ਕਰਦੇ ਨੇ ਰੱਬ ਨੂੰ ਪਾਉਣ ਦੇ ਹੋਰ ਕੋਈ ਜਰੀਏ ਨਹੀਂ ਕੋਈ ਤਰੀਕੇ ਨਹੀਂ ਕੇਵਲ ਤੇ ਕੇਵਲ ਉਹਨੂੰ ਪ੍ਰੇਮ ਕਰਕੇ ਹੀ ਅਸੀਂ ਉਹਨੂੰ ਪਾ ਸਕਦੇ ਹਾਂ ਪ੍ਰੇਮ ਕੀ ਜੇਬਰੀ ਉਹਦੇ ਇਸ ਹਿਸਾਬ ਦੇ ਨਾਲ ਸਤਿਗੁਰੂ ਰਾਜਜੀ ਮਹਾਰਾਜ ਨੇ ਕਿਹਾ ਕਿ ਜੇਬਰੀ ਕਹਿੰਦੇ ਨੇ ਜੰਜੀਰ ਰੱਸੀ ਤਿਆਰ ਦੀ ਜੇਬਰੀ ਨਾਲ ਜੰਜੀਰ ਦੇ ਨਾਲ ਮੈਂ ਤੈਨੂੰ ਜਕੜ ਕੇ ਬੰਦ ਲਿਆ ਹੈ। ਹੋਰ ਕੋਈ ਢੰਗ ਤਰੀਕਾ ਨਹੀਂ ਉਹਨੇ ਦੱਸਿਆ ਕੋਈ ਕਿ ਤੁਸੀਂ ਭਾਈ ਬੈਠਿਆ ਕਰੋ ਆ ਸ਼ਬਦ ਚਾਰਾਂ ਦਾ ਜਾਪ ਕਰਿਆ ਕਰੋ ਸਮਾਧੀਆਂ ਲਾਇਆ ਕਰੋ ਵਹਿਗੁਰੂ ਵਹਿਗੁਰੂ ਕਰਿਆ ਕਰੋ ਰਾਮ ਰਾਮ ਕਰਿਆ ਕਰੋ ਐਦਾਂ ਦਾ ਸਾਨੂੰ ਕੋਈ ਕਨਸੈਪਟ ਨਹੀਂ ਦਿੱਤਾ। ਉਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜਮਾਲਪੁਰ ਬਾਣਾ ਚੰਡੀਗੜ੍ਹ ਰੋਡ ਵਿਖੇ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਦੇ 40 ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ ਸੋ ਆਓ ਆਪਾਂ ਅੱਜ ਦੇ ਸ਼ਬਦ ਦਾ ਪਹਿਲਾ ਪਾਠ ਕਰੀਏ ਤੇ ਫਿਰ ਉਹਦੀ ਵਿਚਾਰ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਆਸਾ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇ ਰੋ ਜਨ तुजे चरण अरबिंद भवन मन पान करत पायो पाए हु रमैया तन राहौ संपत विपत पटल माया तन ता मैं हो मगन होत ना तेरो जन प्रेम की जेवरी बाधयो तेरो जन कहर विदास ਛੂਟੈ ਬੋ ਕਵਨ ਗੁਨ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿਰ ਵਿਦਾਸ ਛੂਟੈ ਬੋ ਕਵਨ ਗੁਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਸੋ ਸਾਧ ਸੰਗਤ ਜੀਓ ਆਪ ਜੀ ਨੇ ਆਸਾ ਰਾਗ ਦੇ ਵਿੱਚ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਆਓ ਆਪਾਂ ਹੁਣ ਇਹਦੀ ਵਿਚਾਰ ਕਰੀਏ ਆਸਾ ਕਹਾ ਪਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤਿਰੋ ਜਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਉਸ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦੇ ਪ੍ਰਤੀ ਜੋ ਉਹਨਾਂ ਦਾ ਲਗਾਓ ਹੈ ਜੋ ਉਹਨਾਂ ਦਾ ਨਿਸ਼ਚਾ ਹੈ ਜੋ ਉਹਨਾਂ ਦੀ ਦ੍ਰਿੜਤਾ ਹੈ ਉਹਦਾ ਜ਼ਿਕਰ ਕਰ ਰਹੇ ਹਾਂ ਕਹਾਂ ਪਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇ ਰੋ ਜਨ ਇਹ ਅਕਾਲ ਪੁਰਖ ਵਹਿਗਰੂ ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਮੇਰਾ ਸਰੀਰ ਭਾਵੇਂ ਟੁਕੜੇ ਟੁਕੜੇ ਹੋ ਜਵੇ ਮੇਰਾ ਸਰੀਰ ਭਾਵੇਂ ਖਤਮ ਵੀ ਕਿਉਂ ਨਾ ਹੋ ਜਵੇ ਮੈਨੂੰ ਇਸ ਗੱਲ ਦਾ ਡਰ ਨਹੀਂ ਹੈ ਕਿ ਕਹਾਂ ਪਇਓ ਜੋ ਤਨ ਭਇਓ ਛਿਨ ਛਿਨ ਕੋਈ ਮੇਰਾ ਕਤਲ ਵੀ ਕਰ ਦੇਵੇ ਮੈਨੂੰ ਮਾਰ ਵੀ ਕਿਉਂ ਨਾ ਦੇਵੇ ਮੇਰੇ ਸਰੀਰ ਨੂੰ ਖਤਮ ਵੀ ਕਿਉਂ ਨਾ ਕਰ ਦੇਵੇ ਮੈਨੂੰ ਇਸ ਗੱਲ ਦੀ ਤਾਂ ਉੱਕਾ ਹੀ ਪਰਵਾਹ ਨਹੀਂ ਕਿਉਂ ਕਹਿ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਸ ਮਕਸਦ ਦੇ ਲਈ ਉਹ ਘਰੋਂ ਨਿਕਲੇ ਨੇ ਸੰਸਾਰ ਦੇ ਵਿੱਚੋਂ ਸਮਾਜ ਦੇ ਵਿੱਚੋਂ ਨਾ ਬਰਾਬਰਤਾ ਨੂੰ ਖਤਮ ਹਰ ਕਿਸਮ ਦੀ ਨਾ ਬਰਾਬਰਤਾ ਨੂੰ ਖਤਮ ਕਰਨ ਦੇ ਲਈ ਉਹ ਨਿਕਲੇ ਨੇ ਉਹ ਵਿਚਾਰਧਾਰਾ ਕਿਦੀ ਲੈ ਕੇ ਨਿਕਲੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਤੋ ਇਸੇ ਕਰਕੇ ਸਤਗੁਰੂ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਮੈਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇਰੀ ਵਿਚਾਰਧਾਰਾ ਨੂੰ ਬਰਾਬਰਤਾ ਨੂੰ ਬਚਾ ਦੀ ਵਿਚਾਰਧਾਰਾ ਨੂੰ ਲੈ ਕੇ ਨਿਕਲਿਆ ਹਾਂ ਮੈਨੂੰ ਪਤਾ ਵੀ ਇਹਦੇ ਵਿੱਚ ਮੈਨੂੰ ਬੜੇ ਖਤਰੇ ਨੇ ਮੇਰਾ ਵਿਰੋਧ ਹੋਊਗਾ ਇਹ ਜੋ ਲੋਕ ਹਨ ਜੋ ਧਰਮ ਦੇ ਠੇਕੇਦਾਰ ਹਨ ਕਿਉਂਕਿ ਇਹਨਾਂ ਦੇ ਵਿਰੋਧ ਵਿੱਚ ਹੈ ਇਹ ਜੋ ਤੇਰੀ ਵਿਚਾਰਤਾਰਾ ਹੈ ਇਹ ਜੋ ਪੁਜਾਰੀ ਲੋਕ ਨੇ ਇਹਨਾਂ ਦੇ ਵਿਰੋਧ ਵਿੱਚ ਹੈ ਇਸ ਕਰਕੇ ਇਹ ਮੈਨੂੰ ਖਤਮ ਵੀ ਕਰਾ ਸਕਦੇ ਨੇ ਛਿਨ ਛਿਨ ਵੀ ਕਰਾ ਸਕਦੇ ਨੇ ਮੇਰੇ ਸਰੀਰ ਦੇ ਟੁਕੜੇ ਵੀ ਕਰਵਾ ਸਕਦੇ ਨੇ ਪਰ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਹਾਂ ਪਏ ਹੋ ਜੋ ਤਨ ਪਏ ਹੋ ਛਨ ਛਨ ਪ੍ਰੇਮ ਜਾਏ ਤੋ ਡਰ ਪੈ ਤੇ ਰੋ ਜਨ ਡਰ ਤਾਂ ਮੈਨੂੰ ਇਸ ਚੀਜ਼ ਦਾ ਹੈ ਕਿ ਕਿਤੇ ਮੇਰੇ ਅੰਦਰੋਂ ਤੇਰਾ ਜਿਹੜਾ ਪਿਆਰ ਹੈ ਉਹ ਨਾ ਟੁੱਟ ਜਾ ਬਈ ਤੇਰੀ ਵਿਚਾਰਤਾ ਧਾਰਾ ਤੇਰਾ ਉਪਦੇਸ਼ ਤੇਰੀ ਸਿੱਖਿਆ ਤੇਰਾ ਗਿਆਨ ਇਹ ਮੇਰੇ ਵਿੱਚੋਂ ਨਾ ਨਿਕਲ ਜਾਵੇ ਇਹਦੇ ਤੋਂ ਨਾ ਮੈਂ ਥੜਕ ਜਾਵਾਂ ਕਿਤੇ ਇਹਨੂੰ ਨਾ ਛੱਡ ਦੇਵਾਂ ਦਲ ਬਦਲੀ ਨਾ ਕਰ ਲਵਾਂ ਕਿਤੇ ਮੈਂ ਹੋਰ ਪਾਸੇ ਨਾ ਚੱਲਿਆ ਜਾਵਾਂ ਕਹਾਂ ਪਏ ਉਹ ਜਾਵ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤਾ ਡਰ ਪੈ ਤੇਰੋ ਜਨ ਡਰ ਮੈਨੂੰ ਇਸ ਚੀਜ਼ ਦਾ ਹੈ ਕਿ ਜਿਸ ਵਿਚਾਰਧਾਰਾ ਦੇ ਕਾਰਨ ਮੈਂ ਤੇਰੇ ਨਾਲ ਜੁੜਿਆ ਹਾਂ ਕਿਤੇ ਮੈਂ ਉਹਨੂੰ ਨਾ ਛੱਡ ਬੈਠਾਂ ਜਿਵੇਂ ਆਪਣੇ ਹੁਣ ਦੇਖਦੇ ਆ ਨਾ ਪਹਿਲਾਂ ਤਾਂ ਕਹਿੰਦੇ ਨੇ ਜੀ ਇਹ ਸਾਡੀ ਮਾਂ ਪਾਰਟੀ ਹੈ ਇਹ ਮੇਰਾ ਪਿਓ ਲੀਡਰ ਹੈ ਮੇਰਾ ਇਹ ਪਿਤਾ ਦੇ ਪਿਤਾ ਹੈ ਤੇ ਜਦੋਂ ਪਾਰਟੀ ਬਦਲਣ ਲੱਗਦੇ ਨੇ देर ਨਹੀਂ ਲਾਉਂਦੇ ਹਨ ਤੇ ਉਦੋਂ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਪਰ ਸਤਗੁਰੂ ਰਵदास ਦੀ ਕਹਿੰਦੇ ਨੇ ਮੈਂ ਜਿਸ ਦੇ ਨਾਲ ਜੁੜਿਆ ਹਾਂ ਜਿਹੜੀ ਤਾਕਤ ਦੇ ਨਾਲ ਅਕਾਲ ਪੁਰਖ ਵਹਿਗਰੂ ਨਾਲ ਜੁੜਿਆ ਹੋਇਆ ਹਾਂ ਉਹਦਾ ਜੋ ਉਪਦੇਸ਼ ਆ ਉਹਦੀ ਸਿੱਖਿਆ ਉਹਦਾ ਗਿਆਨ ਕਿਤੇ ਉਹ ਨਾ ਮੇਰੇ ਵਿੱਚੋਂ ਨਿਕਲ ਜਾਵੇ ਭਾਵੇਂ ਮੈਂ ਮੇਰਾ ਸਰੀਰ ਟੋਟੇ ਟੋਟੇ ਹੋ ਜਵੇ ਕਹਾਂ ਪਇਓ ਜਾਓ ਤਨ ਪਇਓ ਛਿਨ ਛਿਨ ਪ੍ਰੇਮ ਜਾਏ ਤੋ ਡਰ ਪੈ ਤੇ ਮੈਨੂੰ ਡਰ ਇਸ ਚੀਜ਼ ਦਾ ਹੈ ਤੁਝੇ ਚਰਨ ਅਰਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਤਨ ਰਹਾਉ ਤੁਝੇ ਚਰਨ ਕਿਉਂਕਿ ਪਿੱਛੇ ਵੀ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੰਦੇ ਆ ਰਹੇ ਆ ਕਿ ਚਰਨ ਦੇ ਕੀ ਅਰਥ ਕਰਨੇ ਨੇ ਤੇ ਕੀ ਅਰਥ ਕੀਤੇ ਜਾਂਦੇ ਨੇ ਕਿਉਂਕਿ ਚਰਨ ਦੇ ਸ਼ਬਦ ਆਮ ਤੌਰ ਤੇ ਅੱਜ ਦੇ ਜੋ ਧਰਮ ਦੇ ਜੋ ਬਣੇ ਹੋਏ ਨੇ ਪੈਰੋਕਾਰ ਉਹ ਜਾਂ ਬਾਬੇ ਲੋਕ ਜਾਂ ਹੋਰ ਵੀ ਆਪਣੀਆਂ ਜਿਹੜੀਆਂ ਪੂਜਾ ਕਰਾਉਂਦੇ ਨੇ ਮਨੋਤਾਂ ਕਰਾਉਂਦੇ ਨੇ ਉਹ ਚਰਨ ਦੇ ਅਰਥ ਆ ਜਿਹਦੇ మాਸ ਦੇ ਟੁਕੜੇ ਜਿਹੜੇ ਪੈਰ ਨੇ ਇਹ ਕਰਦੇ ਨੇ ਚਰਨ ਦੇ ਅਰਥ ਪੈਰ ਕਰਦੇ ਨੇ ਜਦੋਂ ਕਿ ਇਹਦੇ ਅਰਥ ਪੈਰ ਨਹੀਂ ਹਨ ਚਰਨ ਦੇ ਅਰਥ ਨੇ ਉਪਦੇਸ਼ ਸਿੱਖਿਆ ਗਿਆਨ ਤੁਝੇ ਚਰਨ ਅਰਬਿੰਦ ਜੋ ਤੇਰੀ ਸਿੱਖਿਆ ਹੈ ਜਿਹੜਾ ਤੇਰਾ ਗਿਆਨ ਹੈ ਜਿਹੜਾ ਤੇਰਾ ਉਪਦੇਸ਼ ਹੈ ਮੈਂ ਆਪਣੇ ਮਨ ਰੂਪੀ ਭਵਨ ਦੇ ਵਿੱਚ ਟਿਕਾ ਲਿਆ ਹੈ ਤੁਝੇ ਚਰਨ ਅਰਬਿੰਦ ਭਵਨ ਮਨ ਮੈਂ ਆਪਣੇ ਮਨ ਦੇ ਵਿੱਚ ਕਿਹੜਾ ਗਿਆਨ ਟਿਕਾਇਆ ਹੋਇਆ ਉਹ ਮਨੁਵਾਦੀ ਨਹੀਂ ਟਿਕਾਇਆ ਹੋਇਆਗਾ ਮੈਂ ਤੇਰਾ ਗਿਆਨ ਟਿਕਾਇਆ ਹੋਇਆ ਭਵਨ ਮਨ ਮਨ ਦੇ ਵਿੱਚ ਹੀ ਆਪਾਂ ਟਿਕਾਉਂਦੇ ਆ ਨਾ ਵਿਚਾਰ ਜੋ ਆਪਾਂ ਨੂੰ ਗਿਆਨ ਆਉਂਦਾ ਉਪਦੇਸ਼ ਆਉਂਦਾ ਆਪਾਂ ਕਿਸੇ ਦੀ ਗੱਲ ਸੁਣਦੇ ਆ ਉਹ ਟਿਕਾਉਂਦੇ ਰੱਖਦੇ ਕਿੱਥੇ ਆ ਮਨ ਦੇ ਵਿੱਚ ਹੀ ਸਟੋਰ ਕਰਦੇ ਆ ਪਰ ਰੱਖਦੇ ਆ ਤੇ ਲੇਕਿਨ ਹੁਣ ਜੇ ਇੱਥੇ ਦੇ ਚਰਨ ਦੇ ਸ਼ਬਦ ਆਪਾਂ ਬਾਸ ਦਾ ਆ ਪੈਰ ਕਰੀਏ ਜਿਹੜੇ ਕੋ ਕਰਦੇ ਨੇ ਆਮ ਤੌਰ ਤੇ ਬਾਬਾਈ ਲੋਕ ਉਕੋ ਉਹਨੇ ਆਪਣੀ ਪੂਜਾ ਕਰਾਉਣੀ ਹੁੰਦੀ ਐ ਉਹ ਕਰਦੇ ਨੇ ਚਰਨ ਦੇ ਅਰਥ ਪੈਰ ਹੁਣ ਪੈਰਾਂ ਨੂੰ ਅਸੀਂ ਮਾਸ ਦੇ ਪੈਰਾਂ ਨੂੰ ਆਪਣੇ ਮਨ ਦੇ ਵਿੱਚ ਕਿਵੇਂ ਟਕਾ ਸਕਦੇ ਆ ਇਹ ਕੋਈ ਤਰਕ ਬਣਦਾ ਵਾ ਜਿਸ ਤਰ੍ਹਾਂ ਦੇ ਉਹ ਅਰਥ ਕਰਦੇ ਨੇ ਕਿ ਚਰਨ ਜੀ ਪੈਰ ਹੁੰਦੇ ਨੇ ਉਹ ਇੱਥੋਂ ਤੱਕ ਆਪਣੇ ਪੈਰਾਂ ਦੀ ਚਰਨ ਘਾਲ ਵੀ ਪਵਾਉਂਦੇ ਲੋਕਾਂ ਨੂੰ ਪਾਣੀ ਤਾਂ ਆਕੇ ਆਪਣੇ ਪੈਰ ਉਹ ਲੋਕ ਧੋਂਦੇ ਨੇ ਉਹਦੇ ਪੈਰਾਂ ਨੂੰ ਉਹ ਤੋਤਾ ਹੋਇਆ ਜਿਹੜਾ ਪਾਣੀ ਆਉ ਪੀਂਦੇ ਨੇ ਇਸ ਤਰ੍ਹਾਂ ਵੀ ਕਰਵਾਉਂਦੇ ਨੇ ਤੋ ਇਸ ਕਰਕੇ ਸਤਿਗੁਰੂ ਬਦਾਸ ਕਹਿੰਦੇ ਨੇ ਤੁਜੇ ਚਰਨ ਅਰਵਿੰਦ ਭਵਨ ਮਨ ਤੇਰਾ ਗਿਆਨ ਤੇਰਾ ਉਪਦੇਸ਼ ਤੇਰੀ ਸਿੱਖਿਆ ਮੈਂ ਆਪਣੇ ਮਨ ਦੇ ਵਿੱਚ ਟਿਕਾ ਲਈ ਹੈ ਤੁਜੇ ਚਰਨ ਅਰਵਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਮਈਓ ਰਾਮ ਮਈਆ ਧਨ ਰਹਾਉ ਤੇ ਇਹ ਇਹ ਮੇਰੇ ਲਈ ਅਸਲ ਧਨ ਹੈ ਮੇਰੇ ਲਈ ਬੈਂਕ ਬੈਲੈਂਸ ਬੈਂਕ ਦੇ ਵਿੱਚ ਪਿਆ ਹੋਇਆ ਰੁਪਈਆ, ਕਾਰਾਂ, ਕੋਠੀਆਂ, ਪਲਾਟ, ਜ਼ਮੀਨਾਂ ਅਸਲ ਧਨ ਸੱਚਾ ਉਹ ਨਹੀਂ ਹੈ। ਅਸਲ ਵਿੱਚ ਇਹ ਧਨ ਮੇਰੇ ਲਈ ਸੱਚਾ ਹੈ। ਤੇ ਮੈਨੂੰ ਪ੍ਰਾਪਤ ਕਿਵੇਂ ਹੋਇਆ ਹੈ? ਪਾਨ ਕਰਤ ਪਾਨ ਵੈਸੇ ਆਪਾਂ ਕਹਿੰਦੇ ਅੰਮ੍ਰਿਤ ਪਾਨ ਵੀ ਕਹਿ ਦਿੰਦੇ ਆਂ। ਬਈ ਪੀਣਾ ਪਾਨ ਦਾ ਅਸਲ ਅਰਥ ਹੈ ਪੀਣਾ। ਪਾਨ ਕਰਤ ਮੈਂ ਇਹ ਤੇਰੀ ਜਿਹੜੀ ਸਿੱਖਿਆ ਤੇਰੇ ਗਿਆਨ ਨੂੰ ਅਕਲ ਨੂੰ ਸਮਝ-ਸਮਝ ਕੇ ਪਾਨ ਪੀ ਪੀ ਕੇ ਆਪਣੇ ਅੰਦਰ ਬਸਾ ਬਸਾਇਆ ਹੈ ਬਸਾਇਆ ਹੈ ਇਸ ਧਨ ਨੂੰ ਮੈਂ ਆਪਣੇ ਅੰਦਰ ਪੀ ਲਿਆ ਹੈ ਬਸਾ ਲਿਆ ਹੈ ਪਾਨ ਕਰਤ ਪਾਇਓ ਪਾਇਓ ਰਮਈਆ ਧਨ ਇਹ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜੇ ਤੇਰੇ ਚਰਨ ਨੇ ਜਿਹੜਾ ਤੇਰਾ ਗਿਆਨ ਹੈ ਜਿਹੜਾ ਤੇਰਾ ਉਪਦੇਸ਼ ਹੈ ਜਿਹੜੀ ਤੇਰੀ ਸਿੱਖਿਆ ਹੈ ਇਹਨੂੰ ਸਮਝ ਸਮਝ ਕੇ ਮੈਂ ਆਪਣੇ ਅੰਦਰ ਪੀ ਲਿਆ ਹੈ ਮੈਂ ਚੰਗੀ ਤਰ੍ਹਾਂ ਟਿਕਾ ਲਿਆ ਹੈ ਅਸਲ ਵਿੱਚ ਇਹ ਜਿਹੜਾ ਬਾਹਰੀ ਤਨ ਹੈ ਇਹ ਮੇਰਾ ਅਸਲ ਤਨ ਨਹੀਂ ਅਸਲ ਤਨ ਮੇਰਾ ਉਹ ਹੈ ਜੋ ਮੈਂ ਆਪਣੇ ਮਨ ਭਵਨ ਮਨ ਦੇ ਵਿੱਚ ਮਨ ਰੂਪੀ ਭਵਨ ਦੇ ਵਿੱਚ ਇਕੱਠਾ ਕਰ ਲਿਆ ਹੈ ਉਸ ਦੇ ਵਿੱਚ ਟਿਕਾ ਲਿਆ ਹੈ ਇਹ ਮੇਰੇ ਲਈ ਅਸਲ ਤਨ ਹੈ ਪਾਨ ਕਰਤ ਪਾਇਓ ਪਾਇਓ ਰ ਮਈਆ ਤਨ ਰਹਾਓ ਸੰਪਤ ਵਿਪਤ ਪਟਲ ਮਾਇਆ ਤਨ ਤਾਂ ਮੈਂ ਬੰਗਲ ਹੋਤ ਨਾ ਤੇਰੋ ਜਨ ਇੱਕ ਤਨ ਜਿਹੜਾ ਬਾਹਰੀ ਹੈ ਸੰਪਤੀ ਜ਼ਮੀਨਾਂ ਪਲਾਟ ਕੋਠੀਆਂ ਹੋਰ ਜਾਇਦਾਦਾਂ ਸੰਪਤ ਵਿਪਤ ਵਿਪਤ ਪਟਲ ਮਾਇਆ ਧਨ ਚਾਹੇ ਦੁੱਖ ਹੈ ਚਾਹੇ ਸੁੱਖ ਇਹ ਜਿਹੜੇ ਮਾਇਆ ਦੇ ਪਰਦੇ ਨੇ ਇਹ ਜਿਹੜਾ ਮਾਇਆ ਦਾ ਧਨ ਹੈ ਮੈਂ ਇਹਦੇ ਵਿੱਚ ਮੈਂ ਇਹਨੂੰ ਆਪਣਾ ਉਹ ਨਹੀਂ ਸਮਝਿਆ ਹੋਇਆ ਵੀ ਮੈਂ ਇਹੀ ਕਮਾਉਣ ਵਾਸਤੇ ਆਇਆ ਇਸ ਦੁਨੀਆ ਦੇ ਵਿੱਚ ਮੈਂ ਇਹਨੂੰ ਅਸਲ ਤੌਰ ਤੇ ਨਹੀਂ ਸਮਝਦਾ ਸੰਪਤ ਵਿਪਤ ਪਟਲ ਮਾਇਆ ਤਨ ਤਾਂ ਮੈਂ ਮगन ਹੋਤ ਨਾ ਤੇਰੋ ਜਨ ਮੈਂ ਜੇ ਮगन ਹੈ ਜੇ ਮੈਂ ਆਪਣੇ ਮਨ ਨੂੰ ਜੋੜਿਆ ਹੋਇਆ ਹੈ ਉਹ ਜੋੜਿਆ ਹੋਇਆ ਹੈ ਤੇਰੇ ਗਿਆਨ ਦੇ ਨਾਲ ਤੇਰੇ ਉਪਦੇਸ਼ ਦੇ ਨਾਲ ਤੇਰੀ ਸਿੱਖਿਆ ਦੇ ਨਾਲ ਅਸਲ ਤਨ ਮੇਰਾ ਉਹ ਹੈ ਇਹ ਜਿਹੜਾ ਤਨ ਹੈ ਇਹ 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 ਤਾਂ ਪੜਦਾ ਇੱਕ ਤਨ ਦਾ ਇਹ ਤਾਂ ਰਹਿਣਾ ਨਹੀਂ ਹੈਗਾ ਇਹਨੇ ਮੇਰੇ ਨਾਲ ਨਹੀਂ ਜਾਣਾ ਇਹਨੇ ਖਤਮ ਹੋ ਜਾਣਾ ਹੈ ਇਸ ਕਰਕੇ ਇਹਨੂੰ ਮੈਂ ਆਪਣੀਆਂ ਜ਼ਰੂਰਤਾਂ ਸਮਝਿਆ ਹੋਇਆ ਮੇਰੀਆਂ ਸਰੀਰਕ ਜ਼ਰੂਰਤਾਂ ਮੈਂ ਜ਼ਰੂਰ ਸਮਝਦਾ ਇਹਨੂੰ ਪਰ ਅਸਲ ਤਾਂ ਇਹ ਮੇਰਾ ਨਹੀਂ ਹੈ ਅਸਲ ਅਸਲ ਤਾਂ ਮੇਰਾ ਕੀ ਹੈ ਪਾਨ ਕਰਤ ਪਾਇਓ ਪਾਇਓ ਰਮਈਆ ਤਨ ਜੋ ਉਹ ਰਮਈਏ ਦਾ ਤਨ ਦਿੱਤਾ ਹੋਇਆ ਮੈਨੂੰ ਜੋ ਗਿਆਨ ਦਿੱਤਾ ਉਪਦੇਸ਼ ਦਿੱਤਾ ਅਸਲ ਤਨ ਉਹ ਮੇਰਾ ਹੈ ਅਸਲ ਮੇਰਾ ਤਨ ਉਹ ਹੈ ਤਾਂ ਮੈਂ ਮगन ਹੋਤਨਾ ਤੇਰੋ ਜਨ ਇਹਦੇ ਵਿੱਚ ਮੈਂ ਜਿਆਦਾ ਧਿਆਨ ਨਹੀਂ ਦਿੰਦਾ ਹਾਂ ਆ ਜਿਹੜਾ ਬਾਹਰੀ ਤਨ ਹੈ ਨਾ ਮੈਂ ਆਪਣੀ ਜ਼ਿੰਦਗੀ ਦਾ ਮਕਸਦ ਇਹ ਕਮਾਉਣਾ ਨਹੀਂ ਲਾਇਆ ਹੋਇਆ ਠੀਕ ਆ ਮੈਨੂੰ ਰੋਜ਼ਗਾਰ ਵਾਸਤੇ ਆਪਣੇ ਉਹਦੇ ਲਈ ਖਾਣ ਪੀਣ ਵਾਸਤੇ ਚਾਹੀਦਾ ਲੇਕਿਨ ਇਹਦੇ ਵਿੱਚ ਮੈਂ ਜ਼ਿਆਦਾ ਧਿਆਨ ਨਹੀਂ ਦਿੰਦਾ ਜ਼ਿਆਦਾ ਧਿਆਨ ਮੈਂ ਉਸ ਰਮਈਏ ਧੰਨ ਨੂੰ ਦਿੱਤਾ ਉਹ ਗਿਆਨ ਨੂੰ ਦਿੱਤਾ ਜਿਹੜਾ ਮੈਨੂੰ ਰੱਬ ਵੱਲੋਂ ਵੱਲੋਂ ਮਿਲਿਆ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਵੱਲੋਂ ਤੇਰੇ ਵੱਲੋਂ ਮਿਲਿਆ ਹੈ ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ਕਹਿ ਰਿਹਾ ਵਿਦਾਸ ਛੂਟੇ ਬੋ ਕਵਨ ਗੁਣ ਤੂੰ ਇਸ ਕਰਕੇ ਦੇਖੋ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਨੇ ਵੀ ਰੱਬ ਨੂੰ ਮਿਲਣ ਦਾ ਬਾਰ ਬਾਰ ਹੋ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਪ੍ਰੇਮ ਦੀ ਗੱਲ ਕਰਦੇ ਨੇ ਰੱਬ ਨੂੰ ਪਾਉਣ ਦੇ ਹੋਰ ਕੋਈ ਜਰੀਏ ਨਹੀਂ ਕੋਈ ਤਰੀਕੇ ਨਹੀਂ ਕੇਵਲ ਤੇ ਕੇਵਲ ਉਹਨੂੰ ਪ੍ਰੇਮ ਕਰਕੇ ਹੀ ਅਸੀਂ ਉਹਨੂੰ ਪਾ ਸਕਦੇ ਹਾਂ ਤੋ ਜਿਵੇਂ ਆਪਾਂ ਆਪਣੇ ਮਾਤਾ ਪਿਤਾ ਨੂੰ ਪ੍ਰੇਮ ਕਰੀਏ ਉਹਨਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖੀਏ ਉਹਨਾਂ ਦੇ ਦੁੱਖ ਸੁੱਖ ਦਾ ਖਿਆਲ ਰੱਖੀਏ ਇਸੇ ਤਰ੍ਹਾਂ ਹੀ ਅਸੀਂ ਇਦਾਂ ਦਾ ਜਿਹੋ ਜਿਹਾ ਅਸੀਂ ਆਪਣੇ ਮਾਂ ਪਿਓ ਨਾਲ ਪਿਆਰ ਪਾਉਨੇ ਆ ਪ੍ਰੇਮ ਪਾਉਣਾ ਇਹੋ ਜਿਹਾ ਪ੍ਰੇਮ ਅਸੀਂ ਪਰਮਾਤਮਾ ਨਾਲ ਪਾਉਣਾ ਹੈ ਪ੍ਰੇਮ ਕੀ ਜੇਬਰੀ ਉਹਦੇ ਇਸ ਹਿਸਾਬ ਦੇ ਨਾਲ ਸਤਗੁਰੂ ਰਾਜ ਜੀ ਮਹਾਰਾਜ ਨੇ ਕਿਹਾ ਕਿ ਜੇਬਰੀ ਕਹਿੰਦੇ ਨੇ ਜੰਜੀਰ ਰੱਸੀ ਤਿਆਰ ਦੀ ਜੇਬਰੀ ਨਾਲ ਜੰਜੀਰ ਦੇ ਨਾਲ ਮੈਂ ਤੈਨੂੰ ਜਕੜ ਕੇ ਬੰਨ੍ਹ ਲਿਆ ਹੈ। ਹੋਰ ਕੋਈ ਟੰਗ ਤਰੀਕਾ ਨਹੀਂ ਉਹਨੇ ਦੱਸਿਆ ਕੋਈ ਕਿ ਤੁਸੀਂ ਭਾਈ ਬੈਠਿਆ ਕਰੋ ਆ ਸ਼ਬਦ ਚਾਰਾਂ ਦਾ ਜਾਪ ਕਰਿਆ ਕਰੋ ਸਮਾਧੀਆਂ ਲਾਇਆ ਕਰੋ ਵਹਿਗਰੂ ਵਹਿਗਰੂ ਕਰਿਆ ਕਰੋ ਰਾਮ ਰਾਮ ਕਰਿਆ ਕਰੋ ਇਦਾਂ ਦਾ ਸਾਨੂੰ ਕੋਈ ਕਨਸੈਪਟ ਨਹੀਂ ਦਿੱਤਾ ਹੁਣ ਤਾਂ ਹੀ ਆਪਾਂ ਜਿੰਨੇ ਸ਼ਬਦਾਂ ਦੀ ਵਿਚਾਰ ਕੀਤੀ ਆ ਕਿ ਆ ਇਹਨਾਂ ਵਿੱਚ ਇਹ ਟੰਗ ਤਰੀਕੇ ਆਏ ਨੇ ਆਪਾਂ ਨੂੰ ਜਿਹੜੇ ਰਬਦਾਸ ਨੇ ਦੱਸੇ ਹੁਣ ਨਾ ਕੇਵਲ ਤੇ ਕੇਵਲ ਸਿੱਧਾ ਸਨਮੁਖ ਹੋ ਕੇ ਪ੍ਰਮਾਤਮਾ ਦੇ ਉਹ ਕਹਿੰਦੇ ਨੇ ਤੇਰਾ ਔਰ ਮੇਰਾ ਪਿਆਰ ਹੀ ਸਾਡੇ ਵਿੱਚ ਆਪਸ ਵਿੱਚ ਦਾ ਸਬੰਧ ਹੈ ਤੇਰਾ ਔਰ ਮੇਰਾ ਪਿਆਰ ਪ੍ਰੇਮ ਦਾ ਹੈ ਤੇਰਾ ਔਰ ਮੇਰਾ ਸਬੰਧ ਪਿਆਰ ਦਾ ਹੈ ਹੋਰ ਕੋਈ ਇੰਤਰੀਆ ਨਹੀਂ ਹੈ ਨਾ ਪੁੱਠੇ ਲਟਕ ਕੇ ਨਾ ਕੋਈ ਹੋਰ ਤਪੱਸਿਆ ਕਰਕੇ ਨਾ ਭੋਰੀਆਂ ਦੇ ਵਿੱਚ ਬਹਿ ਕੇ ਭਗਤੀਆਂ ਕਰਨ ਦਾ ਢੰਗ ਸਾਰਿਆਂ ਨੂੰ ਰੱਦ ਕਰ ਦਿੱਤਾ ਸਤਿਗੁਰੂ ਦਾਸ ਜੀ ਮਹਾਰਾਜ ਜੀ ਨੇ ਇਕੋ ਹੀ ਢੰਗ ਦੱਸਿਆ ਹੈ ਪ੍ਰੇਮ ਦਾ ਪਿਆਰ ਦੇ ਨਾਲ ਮਿਲਣ ਦਾ ਪ੍ਰੇਮ ਨਾਲ ਮਿਲਣ ਦਾ ਕਹਾਂ ਪਇਓ ਦੋਏ ਲੋਚਨ ਮੂਦ ਕੇ ਬੈਠ ਰਹੋ ਬਖ ਧਿਆਨ ਲਗਾਇਓ ਨਾਤ ਪਿਓ ਲਿਓ ਲਿਓ ਸਤ ਸਾਤ ਸਮੁੰਦਰ ਲੋਕ ਗਇਓ ਪਰਲੋਕ ਗਵਾਇਓ ਬਾਸ ਕਿਓ ਬਖ ਅੰਸੋ ਬੈਠ ਕੇ ਐਸੇ ਹੀ ਐਸਸੋ ਬੈਸ ਬਤਾਇਓ ਸਾਚ ਕਹੂੰ ਸੁਣ ਲਾਓ ਸਬੇ ਜਿਨ ਪ੍ਰੇਮ ਕਿਓ ਇਨਹੀ ਪ੍ਰਭ ਪਾਇਓ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੀ ਗੱਲ ਕਹੀ ਆ ਤੇ ਸਤਗੁਰੂ ਰੂਦਾਸ ਜੀ ਮਹਾਰਾਜ ਜੀ ਵੀ ਇਹੀ ਗੱਲ ਕਹਿ ਰਹੇ ਆ ਕਿ ਪ੍ਰੇਮ ਕੀ ਜੇਵਰੀ ਬਾਧਿਓ ਤੇ ਰੋ ਜਨ ਕਹਿ ਰਵਦਾਸ ਛੂਟੈ ਬੋ ਕਬਨ ਕਨ ਇਸ ਕਰਕੇ ਇਹ ਜਿਹੜੀ ਜੰਜੀਰ ਦੇ ਨਾਲ ਮੈਂ ਬੰਨ ਲਿਆ ਤੈਨੂੰ ਸੰਗਲੀ ਦੇ ਨਾਲ ਬੰਨ ਲਿਆ ਪ੍ਰੇਮ ਦੀ ਨਾਲ ਤੇ ਇਹ ਪ੍ਰੇਮ ਦੀ ਜਿਹੜੀ ਸੰਗਲੀ ਆ ਟੁੱਟਦੀ ਨਹੀਂ ਹੈਗੀ ਲੋਹੇ ਦੀ ਆ ਇਹ ਪ੍ਰੇਮ ਕੀ ਜੇਵਰੀ ਬਾਧਿਓ ਤੇ ਰੋ ਜਨ ਕਹਿ ਰਵਦਾਸ ਛੂਟੈ ਬੈ ਕਬਨ ਕਨ ਹੁਣ ਤੁਸੀਂ ਮੇਰੇ ਕੋਲੋਂ ਤੁਹਾਡੇ ਕੋਲੇ ਕੋਈ ਢੰਗ ਤਰੀਕਾ ਹੋਰ ਹੋਈ ਹੈ ਹੀ ਨਹੀਂ ਕਿ ਤੂੰ ਤੇਰਾ আর ਮੇਰਾ ਪਿਆਰ ਟੁੱਟ ਜਾਵੇ ਜਿਹੜਾ ਆਪਸ ਵਿੱਚ ਸਾਡਾ ਦੋਹਾਂ ਦਾ ਪਿਆਰ ਹੈ ਇਹ ਨਹੀਂ ਟੁੱਟ ਸਕਦਾ ਹੈ ਕਿਉਂਕਿ ਅਸਲ ਹੈ ਇਹ ਪੱਕਾ ਹੈ ਕਿਉਂਕਿ ਇਸੇ ਕਰਕੇ ਹੀ ਮੇਰੇ ਰਮਈਏ ਰੰਗ ਮਜੀਠਾ ਕਾ ਕੈਰ ਬਦਾਸ ਚ ਮਾਰ ਤੋਏ ਜਿਸ ਤਰ੍ਹਾਂ ਮਜੀਠ ਦਾ ਰੰਗ ਪੱਕਾ ਕਦੇ ਉਤਰਦਾ ਨਹੀਂ ਹੈ ਇਸੇ ਤਰ੍ਹਾਂ ਹੀ ਜਿਹੜਾ ਮੈਂ ਤੇਰੇ ਨਾਲ ਪ੍ਰੇਮ ਦਾ ਜੋ ਰੰਗ ਚੜਾਇਆ ਹੈ ਪਿਆਰ ਦਾ ਰੰਗ ਚੜਾਇਆ ਹੈ ਇਹ ਮੈਂ ਇਹ ਜਿਹੜੀ ਜੇਬਰੀ ਇਹ ਜਿਹੜੀ ਸੰਗਲੀ ਇਹ ਜਿਹੜੀ ਜੰਜੀਰ ਦੇ ਨਾਲ ਪ੍ਰੇਮ ਦੀ ਜੰਜੀਰ ਨੇ ਨਾਲ ਮੈਂ ਤੈਨੂੰ ਬੰਨ੍ਹ ਲਿਆ ਹੈ ਇੱਥੋਂ ਹੁਣ ਤੁਸੀਂ ਛੁੱਟ ਨਹੀਂ ਸਕੋਗੇ ਤੋ ਇਹ ਮੇਰੇ ਨਾਲ ਹਮੇਸ਼ਾ ਨਭੂਗਾ ਇਹ ਹੀ ਬੇਨਤੀਆਂ ਕਰਦਾ ਭੁੱਲਾਂ ਚੁੱਕਾਂ ਦੀ ਮੈਂ ਮਾਫੀ ਚਾਹੁੰਨਾ ਰਜ਼ਾ ਲੈਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ